ਆ ਲੋਟਾ ਪਾਣੀ ਦਾ ਹੋਰ ਸੁਣ ਲੈਣਾ ਸੀ ਕਾਰੀਗਰ ਬੜਾ ਤੇਜ਼ ਹੈ, ਤਰੀਕਾ ਹੈਗਾ ਤੇ ਇਹਦੇ ਕੋਲ ਆਏ ਹੋਏ ਹੁਣ ਸਾਡੀ ਮਿਹਰਬਾਨੀ ਕਰ ਦੇਗਾ। ਸ਼ਾਮ ਦਾ ਟਾਈਮ ਆ, ਮੈਂ ਸ਼ਾਮ ਟਾਈਮ ਆ, ਲੇਟ ਹੀ ਆਇਆ ਤੇ ਵੀਰ ਹੀ ਸਿਰ ਚੈੱਕ ਕਰਦੇ ਭਗ ਜਾ ਕਰਦੇ ਯਾਰ ਚੱਲ ਠੀਕ ਹੈ। ਬੰਦੇ ਗੱਲ ਵੀ ਨਹੀਂ ਕਰਦੇ ਹੈਗੇ, ਪਤਾ ਨਹੀਂ ਕਿਉਂ ਝੱਕਦੇ ਆਉਂਦੇ ਨੇ। ਉਹ ਅਸਲ ਨਾ ਕੰਮ 'ਚ ਮਸਰੂਫ ਹੋਣਾ। ਮੈਂ ਭਾਈ ਇਹ ਵੀ ਕਾਰੀਗਰ ਆ, ਬੜਾ ਤਕੜੇ ਕਾਰੀਗਰ ਨੇ, ਪਤਾ ਕਿਉਂ ਨਹੀਂ ਦੁਕਾਨ 'ਤੇ ਟਾਈਮ ਦਿੰਦੇ ਸਾਨੂੰ ਅਤੇ ਹੁਣ ਖੋਲ੍ਹਦੇ ਲੈ ਦੇਖ ਨੇ ਪਿਆ ਭਾਈ, ਗੱਡੀਆਂ ਖੋਲ੍ਹਦੀਆਂ ਗੱਡੀਆਂ ਖੋਲ੍ਹੀਆਂ ਦੋ ਦਿਨਾਂ ਨਾਲ। ਮੈਂ ਲੱਗਦਾ ਹੋਰ ਵੀ ਹੋਣ ਵਾਲਾ ਕੰਮ, ਇਹ ਕਰਾਵਾਂਗਾ ਹੁਣ ਕੱਲ੍ਹ ਇਹ ਜਾਵੇ, ਇਹ ਸ਼ਗਲ ਵੀ ਹੋਣਾ ਸ਼ਕਲ ਹੈ ਅਤੇ ਕੰਮ ਹੋਰ ਵੀ ਹੋਣ ਵਾਲਾ, ਬਥੇਰਾ ਕੰਮ ਮੇਰਾ ਹੋਣਾ ਅਤੇ ਹੁਣ ਬਸ ਥੋੜ੍ਹਾ ਜਿਹਾ ਤੇਲ ਸ਼ਹਿਰ ਸੁੱਟਿਆ ਵਿੱਚ, ਉਸੇ ਸ਼ਹਿਰ ਜਾਵਾਂ ਸ਼ਕਲ ਜਾਵਾਂ ਜਾ ਕੇ ਤਾਂ ਕਰਾਵਾਂਗਾ ਕੰਮ ਸ਼ਾਮ। ਮੈਂ ਇਹਦੇ ਕਮਾਉਣੀਆਂ ਕੰਮ ਹੋਣ ਵਾਲਾ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮੁ ਅਲੈਕੁਮ। ਉਮੀਦ ਕਰਨਾ ਮੇਰੇ ਸਭ ਭੈਣ ਭਾਈ ਦੇਖਣ ਵਾਲੇ ਸਭ ਠੀਕ ਠਾਕ ਨੇ, ਅੱਲਾਹ ਪਾਕ ਖੁਸ਼ ਰੱਖੇ, ਉਮੀਦ ਹੋਣੀ ਵੀ ਚਾਹੀਦੀ ਅੱਲਾਹ ਪਾਕ ਤੁਹਾਨੂੰ ਜਿੱਥੇ ਜਿੱਥੇ ਵਾਸਤੇ ਪਿਓ ਹੱਸਣਾ ਵਾਸਤੇ ਰੱਖੇ। ਸੌਰੀਆਂ ਲੈ ਕੇ ਮੈਂ ਗਿਆ ਹੋਇਆ ਹਾਂ ਹਸਪਤਾਲ, ਹਸਪਤਾਲ ਦੀ ਸਵਾਰੀ ਮੈਨੂੰ ਮਿਲ ਗਈ ਅਤੇ ਉਹਨਾਂ ਨੂੰ ਮੈਂ ਘਰ ਛੱਡਿਆ, ਪਿੰਡ ਦੀ ਸਵਾਰੀ ਮੇਰੇ ਪਿੰਡ ਦੀ ਅਤੇ ਉੱਥੇ ਮੈਂ ਹਲੇ ਘਰ ਬੈਠਾ ਹੀ ਹਾਂ ਜਨਾਬ। ਅੱਲਾਹ ਖਾ ਕਰੇ ਉਹ ਪਿੰਡੋਂ ਹੀ ਕੋਈ ਸਵਾਰੀ ਮੈਨੂੰ ਆਵਾਜ਼ ਮਾਰੀ, ਬੀਬੀਆਂ ਦੀ ਮਦਦ ਸੇ, ਬੀਬੀਆਂ ਨੇ ਆਉਣਾ, ਬੀਬੀਆਂ ਦੀ ਮਦਦ ਸੇ ਹੈਗੀ ਅਤੇ ਉਹ ਮੈਨੂੰ ਕਹਿਣਗੇ ਸਾਨੂੰ ਲੈ ਲਾ ਉੱਥੇ, ਵਾਪਸੀ ਵੀ ਅਸੀਂ ਜਾਣਾ ਥੋੜ੍ਹੀ ਦੇਰ ਤੱਕ ਵਾਪਸੀ ਤੁਰ ਦੇਣਾ ਅਤੇ ਉਹ ਨਾਲ ਮੈਂ ਲੈ ਕੇ ਆਇਆ ਅਤੇ ਮੈਂ ਬੈਠਾ ਹੋਇਆ ਅਤੇ ਸਾਹਮਣੇ ਅਤੇ ਮਾਂ ਵਰਗ ਆਇਆ ਅਤੇ ਮਾਂ ਵਰਗ ਸਾਹਮਣੇ ਇੱਥੇ ਸ਼ਾਮਾਂ ਵਾਲਾ ਪਿੰਡ ਆ ਕੋਲ ਸਜਾ, ਉਹਨਾਂ ਦੇ ਡੇਰੇ ਆ, ਡੇਰਾ ਜਾਂ ਘਰ ਆ ਉੱਥੇ ਮੈਂ ਡੇਰੇ ਬੈਠਾ, ਇੱਥੇ ਲੱਭਾ ਮੈਨੂੰ ਕੋਈ ਨਹੀਂ ਅੱਜ ਅਤੇ ਡੇਰਾ ਖੁੱਲ੍ਹਾ ਸੀ, ਦਰਵਾਜ਼ਾ ਦਰਵਾਜ਼ਾ ਖੁੱਲ੍ਹਾ, ਮੈਂ ਪੱਖਾ ਪੁੱਖਾ ਲਾ ਕੇ ਬਹਿ ਗਿਆ, ਬੀਬੀਆਂ ਮਾਂ ਵਰਗਾ ਚਲਾ ਗਿਆ ਅਤੇ ਹੁਣ ਫਾਰਗ ਹੋ ਗਿਆ, ਫਿਰ ਲੈ ਕੇ ਜਾਵਾਂਗਾ ਸਵਾਰੀਆਂ ਸੁਰੀਆਂ ਬੈਠੀਆਂ ਅਤੇ ਵੀਡੀਓ ਘੱਟ ਹੀ ਬਣਾ ਲਿਆ ਮੈਂ ਰਿਕਸ਼ੇ ਉੱਤੇ, ਚੰਗਾ ਨਹੀਂ ਸਮਝਦਾ ਮੈਂ, ਅਲਮ ਲੱਗਾ ਇਹ ਕੁਛ ਸੀਨ ਆ ਪਿੰਡ ਦਾ ਡੇਰੇ ਦਾ, ਜਿਹੜੇ ਡੇਰੇ ਮੈਂ ਬੈਠਾ ਨਾ ਸੀਨ ਡੇਰੇ ਦਾ। ਅਮਰੂਦ ਵੀ ਲੱਗੇ ਹੋਏ ਨਾਲ ਅਤੇ ਮੈਂ ਤੋੜ ਲੈਣੀ ਹੈਗਾ ਕਿਉਂਕਿ ਇੱਥੇ ਕੋਈ ਮਾਲਕ ਕੋਈ ਨਹੀਂ ਅਤੇ ਕਿਸੇ ਮਾਲਕ ਦੀ ਇਜਾਜ਼ਤ ਬਗੈਰ ਮੈਂ ਚੀਜ਼ ਨੂੰ ਹੱਥ ਨਹੀਂ ਲਾਉਂਦਾ, ਨਾ ਮੈਂ ਦਿਲ ਕਰਦਾ। ਚਲੋ ਮਦਦ ਹੁੰਦੀ ਵੀ ਹੈ ਅਤੇ ਹੁੰਦੀ ਹੈ ਤਾਂ ਫਿਰ ਚੱਲਦੇ ਹਾਂ ਵਾਪਸੀ, ਬੀਬੀ ਨਿਕਲਦੀ ਆ, ਮੈਂ ਜੋ ਗਰਮੀ ਹੈ ਸਵਾਰੀ ਵੀ ਘੱਟ ਆ ਰੋਡ ਦੇ ਅੱਡੇ 'ਤੇ, ਸਵਾਰੀ ਵੀ ਲੱਭਦੀ ਵੀ ਬਹੁਤ ਘੱਟ ਬੰਦੇ ਬਠਿੰਡੇ ਜਾਣ ਰਹੇ ਕੰਮ। ਸਾਡਾ ਡੀਸੀ ਭਾਣਾ ਜੀ ਫੇਰੀ ਫੁਰੀ ਕਰਦਾ, ਕਦੇ ਸਾਡੇ ਨਾਲ ਵਾਂਗੂ ਵਿਆਹਾਂ ਦਾ ਕੰਮ ਹੀ ਕਰਨਾ, ਜਿਵੇਂ ਅਸੀਂ ਵਿਆਹਾਂ ਦਾ ਪਰਸਾ ਪੁਰਸਾ ਕੰਮ ਕਰਨੇ, ਡੀਸੀ ਵੀ ਕਰ ਲੈਂਦਾ, ਕਦੇ ਫੇਰੀ ਕਰ ਲੈਂਦਾ, ਪਹਿਲੇ ਕੁਲਫੀਆਂ ਵਿੱਚ ਅਮਰੂਦ ਪਾਏ ਨੇ ਕੁਲਫੀਆਂ ਸਜਣਾ ਗਿਆ ਅਤੇ ਹੋਰ ਸੁਣਾ ਫੇਰੀ ਲਾਉਣਾ ਅਤੇ ਮਹਿੰਗਾਈ ਦੀ ਸੁਣਾ ਫਿਰ ਅਤੇ ਕੋਈ ਦੁਕਾਨਦਾਰੀ ਘਟੀ ਅੱਗੇ ਨਾਲ ਵਧੀਆ ਘੱਟ ਗਈ ਮਹਿੰਗਾਈ ਤੋਂ ਘੱਟਦੀ ਹੈ ਉਹੀ ਬਸ ਅੱਲਾ ਹੀ ਵਾਸ ਯਾਰ ਡੀਸੀ ਮਾਹੌਲ ਹੀ ਵਾਸ। ਚਲੋ ਜੀ ਬੀਬੀਆਂ ਮੈਂ ਇੰਤਜ਼ਾਰ ਕਰਨੀ ਮੈਂ ਨਿਕਲ ਆਈਆਂ, ਬੀਬੀਆਂ ਬਾਅਦ ਮੈਂ ਇੰਤਜ਼ਾਰ ਕਰਨੀ ਮੈਂ ਜਾਵਾਂ ਸਵਾਰੀਆਂ ਲੈ ਕੇ ਵਾਹ ਜੀ ਵਾਹ, ਨਮਕ ਲਾ ਕੇ ਹੈ ਨਮਕ ਲਾ ਕੇ ਮਿੱਠੇ ਅਮਰੂਦ ਹੈ ਡੀਸੀ ਭਾਵੇਂ ਅਮਰੂਦ ਵੀ ਵਾ। ਹਾਂਜੀ ਇਹ ਮੁਜਾਹਰ ਸਾਹਿਬ ਦਾ ਮੁੰਡਾ, ਕਿਹੜਾ ਮੁੰਡਾ ਘਰ ਸਵਾਰੀਆਂ ਪਿੰਡ ਦੇ ਅੱਗੇ ਫਿਰ ਲੱਭ ਗਈਆਂ ਮੈਨੂੰ ਅਚਲੀ ਪਿੰਡ ਹੈਗਾ ਅੱਗੇ ਸਾਡੇ ਤੋਂ ਅੱਗੇ ਉੱਥੋਂ ਹੀ ਲੱਭ ਗਈਆਂ ਦੋ ਸਵਾਰੀਆਂ ਤੋਂ ਉਹ ਲਾਉਣ ਆਇਆ ਹਾਂ ਅਤੇ ਮੈਂ ਜਨਾਬ ਚਲੋ ਵਿਊ ਲੈ ਲਈ ਹੈ ਪਿੱਛੇ ਮੁੰਡਾ ਜਨਾਬ ਹੈਗੇ ਨੇ ਅਚਲੀ ਦੇ, ਇਹ ਵੀ ਕੋਈ ਸੋਸ਼ਲ ਮੀਡੀਆ ਦਾ ਕੰਮ ਕੁੰਮ ਕਰਦੇ ਨੇ ਰਾਸ਼ਨ ਪੱਠੇ ਪੁੱਠੇ ਖਾਣ ਲਈ ਅਤੇ ਸਾਡੇ ਤਾਂ ਜ਼ਿਮੀਦਾਰ ਇਲਾਕਾ ਹੈ ਅਤੇ ਜ਼ਿਮੀਦਾਰ ਕੰਮ ਕੁੰਮ ਹੈ, ਮੱਝਾਂ ਡੰਗਰ ਰੱਖੇ ਹੋਏ ਨੇ ਹੋਰ ਬਾਕੀ ਨੌਕਰੀ ਨੂੰ ਕਿਵੇਂ ਕਰਦੇ ਪਏ, ਸਰਕਾਰੀ ਮੁਲਾਜ਼ਮ ਨੇ ਪਿੰਡ ਦੇ ਬਹੁਤ ਜ਼ਿਆਦਾ ਮੁਲਾਕ ਵਲੂ ਬਣਾ ਰਹੇ ਹੋ ਨਹੀਂ ਬਣਾ ਰਹੇ ਹਾਂ ਅੱਛਾ ਅੱਡੋ ਹਲੇ ਵੇਖਿਆ ਮੈਂ ਮੁਲਾਕ ਦੇ ਹੁਣ ਅੱਗੋਂ ਘੱਟ ਹੀ ਆਉਂਦੇ ਪਏ ਨੇ ਬਾਜੀ ਆਸਤਾ ਆਸਤਾ ਚੱਲੇਗਾ ਕੰਮ ਅਤੇ ਕੀ ਨਾਂ ਉਹਦਾ ਚੈਨਲ ਦਾ ਵਿਲੇਜ ਲਾਈਵ ਵੀ ਦੀ ਅੱਛਾ ਨਾਂ ਉਹ ਰੱਖ ਦੇਣਾ ਜਿਹੜਾ ਜਿਹੜੀ ਟ੍ਰੈਂਡ ਦੇ ਵਿੱਚ ਆਏ ਔਰ ਰਲਦਾ ਮਿਲਦਾ ਨਾ ਕਿਸੇ ਨਾ ਹੋਏ ਤਾਂ ਫਿਰ ਇਕੱਲਾ ਹੀ ਇਹ ਵੱਜਣਾ ਤਾਂ ਸਾਹਮਣੇ ਆ ਜਾਂਦਾ ਇਸ ਤਰ੍ਹਾਂ ਕਿਸੇ ਦਾ ਪਿੱਛੇ ਪਿੱਛੇ ਕਿਹੜਾ ਕਮਾਦ ਹੈ ਜਾਂ ਕੀ ਹਾਂਜੀ ਕਮਾਦ ਕਮਾਦ ਇਕੱਠਾ ਹੈ ਨਹੀਂ ਇਹ ਦੂਸਰਾ ਹੀ ਹੈ ਦੂਸਰਾ ਫਿਰ ਉਹ ਬੜਾ ਨਿਕਲ ਹਜੇ ਛੋਟਾ ਹੋਣਾ ਹਾਂਜੀ ਠੀਕ ਹੋ ਗਿਆ।
ਮਾਸ਼ਾਅੱਲਾ ਅੱਗੇ ਮੰਨ ਲਾਉਂਦਾ ਰੇੜੀ ਰੂੜੀ ਲੈ ਕੇ ਆਉਂਦਾ ਰਿਹਾ ਪਿੰਡ ਦੇ, ਫਿਰ ਇੱਥੇ ਨਾ ਮੈਂ ਦੱਸਦਾ ਰਿਹਾ ਐਕਚੁਲੀ ਪਿੰਡ ਰੇੜੀ ਫੁੱਲਾਂ ਦੀ ਰੇੜੀ ਲਾਉਂਦਾ ਰਿਹਾ ਜਾਂ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਰਿਹਾ ਅਤੇ ਬੜਾ ਖੂਬਸੂਰਤ ਵਿਊ ਬਣਦਾ ਨਾ ਸਾਰੇ ਪਿੰਡ ਪੁੰਡ। ਸੌਲੀਆਂ ਮੈਂ ਲੱਗਦਾ ਸੌਲੀਆਂ ਪੈਟਰੋਲ ਮਹਿੰਗਾ ਹੋਣ ਲੱਗਾ, ਜੋ ਕਿਰਾਇਆ ਵਧਾਈਆਂ ਨੇ ਸੌਲੀ ਕਿਰਾਇਆ ਨਹੀਂ ਭਲਦੀ ਵੀ ਜਨਾਬ, ਹਰ ਬੰਦਾ ਰੋਣ ਲਿਆ, ਮਹਿੰਗਾਈ ਇੰਨੀ ਘੋਣ ਲਈ ਹੈ, ਕਾਰੋਬਾਰ ਘਟਣ ਲਏ, ਕੰਮ ਬਹੁਤ ਜ਼ਿਆਦਾ ਘਟਣ ਲਏ ਨੇ। 300 ਅਤੇ ਲੱਗਦਾ 70 ਰੁਪਏ ਪੈਟਰੋਲ ਹੋ ਗਿਆ, ਅਤੇ ਜਨਾਬ ਜੋ ਸੌਲੀ ਕੋਲ ਰੁਪਈਏ 20-30 ਵੀ ਵੱਧ ਮੰਗਣੀ ਅਤੇ ਉਹ ਤਾਂ ਭਾਈ ਅੱਗੋਂ ਗੱਲ ਪੈਂਦੇ ਨੇ, ਇਹ ਹਿਸਾਬ ਨਾਲ ਹੋਣ ਲਿਆ। ਜੇ ਜ਼ਾਹਰ ਗੱਡੀਆਂ ਚਲਾਉਣੀਆਂ ਹਰੂਣਾ ਬਾਦ ਹੋਵੇ ਖਾਣ ਵੇਲੇ ਮਹਿੰਗਾ ਹੋਣਾ, ਹਰ ਬੰਦਾ ਹੀ ਭਾਈ ਹਾਲੇ ਰਾਤੀ ਪੈਟਰੋਲ ਵਧਿਆ ਕੀ ਹੋਣ ਲਿਆ ਗਏ ਪੁੱਠਿਆਂ 'ਚ ਹੈ ਜੀ। ਹੁਣ ਇੰਨਾ 3-4 ਦਾ ਟਾਈਮ ਹੋਣ ਡਿਆ ਅਤੇ ਹੁਣ ਜਨਾਬ ਬਾਹਰ ਡੰਗਰ ਡੁੰਗਰ ਨਿਕਲਣੇ, ਠੰਡਾ ਵੇਲਾ ਜਿਹੜਾ ਬਾਹਰ ਡੰਗਰ ਨਿਕਲ ਅਤੇ ਫਿਰ ਰੱਜਦੇ ਘਰ ਕਿੰਨਾ ਕੁ ਰੱਜਣਾ ਹੁੰਦਾ, ਨਾਲੇ ਘਰ ਵੇਖੋ ਕੀ ਬਣ ਗਿਆ ਇਹਦਾ। ਇਹ ਹੁਣ ਨਹਾਉਣ ਨਹਾਉਣ ਗਏ, ਨਹਾਉਣਾ ਇਹਨਾਂ ਨੂੰ ਹੋਏ ਚੋਈ ਜੱਗਾ ਜਨਾਬ ਡੰਗਰ ਛੱਡੇ ਨੇ, ਠੀਕ ਹੈ ਜਨਾਬ। ਬਸ ਚੌਲੀ ਦਾ ਵੀ ਅਸੀਂ ਦੁੱਧ ਬਾਅਦ ਦੁੱਧ ਦਾ ਕੰਮ ਹੈ, ਜ਼ਿਮੀਂਦਾਰ ਮੂੰਜੀ ਸੂਜੀ ਲਾਈ ਦੀ ਹੈ, ਅਤੇ ਮੂੰਜੀ ਦਾ ਸੁਣਾਓ ਕਿਹੀ ਹੈ ਮੈਮ, ਬਾਰਸ਼ਾਂ ਬੂਰਸ਼ਾਂ ਨਾਲ ਠੀਕ ਹੈ ਕਾਗ ਮਿਲ ਗਈ, ਅਤੇ ਡੀਜ਼ਲ ਬੜਾ ਮਹਿੰਗਾ ਹੋ ਗਿਆ, ਡੀਜ਼ਲ ਤੋਂ ਨੈਟ ਦੇ ਚਾੜ ਕਹਿੰਦੇ ਕਹਿੰਦੇ ਡੀਜ਼ਲ ਮਹਿੰਗਾ ਹੋ ਗਿਆ ਭਾਈ, ਅਸੀਂ ਨਹੀਂ ਹਕੂਮਤ ਖਿਲਾਫ਼ ਬੋਲਦੇ ਕੋਈ, ਸਾਨੂੰ ਹੋਰ ਤਰ੍ਹਾਂ ਆਉਂਦਾ ਹਕੂਮਤ ਕੋ ਹੋਰ ਨਾ ਸਾਡੀ ਆਵਾਜ਼ ਸੁਣ ਕੇ ਹੋਰ ਮਹਿੰਗਾ ਕਰਦੇ ਗੁੱਸੇ ਨਾਲ, ਠੀਕ ਹੋ ਚਲੀ ਦੁੱਧ ਅਤੇ ਦੁੱਧ ਤੁਸੀਂ ਮਿਲੇਗਾ ਕਿ ਨਹੀਂ, ਦੁੱਧ ਵੱਲੋਂ ਆਖਿਆ ਦੁੱਧ ਮੈਂ ਮਿਲ ਜੇ ਕਰੇਗਾ, ਆਹੋ ਮੈਂ ਕਰ ਠੀਕ ਹੈ ਇਸ ਡੰਗਰ ਉੱਧਰ ਨਹਾਉਣ ਡਿਆ ਨੇ, ਇਹ ਡੰਗਰ ਮੌਜ ਮੇਲਾ ਕਰ ਮੈਂ ਗਰਮੀ ਗੁਰਮੀ ਆ ਨਹਾ ਲੈਣਗੇ, ਕੋਈ ਇੱਧਰ ਬਾਰਿਸ਼ ਪਾਣੀ ਖੁਲਦ ਲਿਆ ਨਾ ਛੱਪਣੀ ਛੁੱਪਣੀਆਂ ਕਦੇ ਕਦੇ ਅਸੀਂ ਇੱਥੇ ਨੂੰ ਜਨਾਬ ਇੱਥੇ ਕੁੰਡੀਆਂ ਲਾ ਕੇ ਮੱਛੀਆਂ ਮੁੱਛੀਆਂ ਫੜਦੇ ਰਹੇ ਹਾਂ, ਜਾਂ ਜਾ ਜਾਲੀ ਜੁਲੀ ਲਿਆਉਣੀ, ਜਾਲੀ ਕਿੱਥੇ ਹੁੰਦੀ ਆ ਉਹ ਘਰ ਦਾ ਦੁਪੱਟੇ ਲੈਂਦੇ ਨੇ ਚੁੱਕੇ ਚਾਦਰਾਂ ਚੁਦਰਾਂ ਅਤੇ ਫਿਰਦੇ ਆ, ਹੁਣ ਵਾਹਵਾ ਡੇਰਾ ਹੋ ਗਈ, ਅਰਸਾ ਹੀ ਹੋ ਗਿਆ, 15-20 ਸਾਲ ਹੋ ਗਿਆ, ਹੁਣ ਕਦੇ ਵੇਖਿਆ ਹੀ ਨਹੀਂ ਹੋਣਾ ਇੱਧਰ, ਮੇਰਾ ਦਿਲ ਕਰਦਾ ਮੈਂ ਜਾ ਕੇ ਹੁਣ ਕੱਪੜੇ ਛੱਪੜੇ ਪਸੀਨੇ ਨਾਲ ਭਰੇ ਹੋਏ ਨੇ, ਮੈਂ ਜਾ ਕੇ ਨਹਾਵਾਂ ਅਤੇ ਬੈਠੇ ਹੋਏ ਪਾਣੀ 'ਚੋਂ ਜ਼ੂਮ ਕਰਕੇ ਮੈਂ ਨਹਾ ਰਿਹਾ, ਪਿੰਡ ਦੇ ਬੈਠੇ ਆਪਣੀ ਗਰਮੀ ਆ ਵੀ ਮੋਲ ਮੇਲਾ ਕਰ ਰਹੇ ਨੇ, ਮੋਲ ਮੇਲੇ ਬੈਠੇ ਨੇ ਪਾਣੀ ਅੰਦਰ ਪਾਣੀ ਦੇ ਕਿਨਾਰੇ, ਹਵਾ ਸ਼ਵਾ ਠੰਡੀ ਲੱਗਦੀ ਹੁੰਦੀ ਨਾਲੇ, ਉਹਨਾਂ ਮੱਛੀਆਂ ਮੁੱਛੀਆਂ ਮੈਂ ਫੜਦੇ ਰਹਿੰਦੇ ਨੇ, ਨਿੱਕੀ ਨਿੱਕੀ ਮੱਛੀਆਂ ਦੇ ਹੁੰਦੀਆਂ ਪੂੰਗ ਹੁੰਦਾ ਫੜਦੇ ਰਹਿੰਦੇ ਨੇ ਇਹ ਪਗਲੇ ਪੁਗਲੇ ਨਾਲ, ਅੱਛਾ ਉਹ ਨਹੀਂ ਹੁਣ ਲੱਗ ਚੱਲ ਪਿਆ ਅਗਾਂਹ ਉਹ ਅੱਗੇ ਪੁੱਠੇ ਪੁੱਠਿਆਂ ਨੂੰ, ਹੁਣ ਪਾਣੀ ਪੂਣੀ 'ਚ ਨਹਾ ਲਿਆ ਇਹਨਾਂ ਨੇ। ਸਲਾਮ ਅਲੈਕੁਮ ਗਫਰਾਨ, ਵਾਹਲੈਕੁਮ ਸਲਾਮ, ਕਿਆ ਕਰੋ, ਸਲਾਮ ਅਲੈਕੁਮ, ਹਾਂ ਰਮਨ ਨਹਾਤੀ ਹੈ, ਓਏ ਆਹ ਪਜਾਮੀ ਨਵੀਂ ਪਾਈ ਹੈ, ਹਾਂਜੀ ਹਾਂ ਕਲਾਸ ਪਰ ਚਲ ਠੀਕ ਹੈ, ਅਤੇ ਚਲ ਠੀਕ ਹੈ, ਹੈਲੋ ਕਰ ਲੈ ਪਾ ਲਾ ਹੈਲੋ, ਅਤੇ ਮੈਂ ਨਾ ਰਹਾਂ, ਕੱਪੜੇ ਛੱਪੜੇ ਪਾਏ ਨੀ ਹੋਰ ਸਕੂਨ ਹੋਇਆ, ਦੂਸਰੇ ਕੱਪੜੇ ਤੇ ਗਰਮੀ ਨਾਲ ਪਸੀਨੇ ਨਾਲ ਬੜਾ ਬੁਰਾ ਹਾਲ ਹੈ, ਰੋਡ ਸਾਰਾ ਬਣਦਾ ਪਿਆ, ਘੱਟਾ ਮਿੱਟੀ ਬਹੁਤ ਜ਼ਿਆਦਾ ਅਤੇ ਪਸੀਨਾ ਆਉਂਦਾ ਜੰਮ ਜਾਂਦਾ, ਅਤੇ ਹਿਸਾਬ ਤਾਬ ਘਰ ਆਏ ਤੇ ਹੁਣ ਸਕੂਨ ਹੋਇਆ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ, ਮੈਂ ਬਾਜ਼ਾਰੋਂ ਤੁਹਾਨੂੰ ਕੱਲ੍ਹ ਵੀ ਵੀਡੀਓ ਦੱਸਿਆ ਘੱਟ ਹੀ ਖਾਣਾ, ਅਚਾਰ ਨਾਲ ਲਿਆ ਜੀ ਅਚਾਰ, ਅਚਾਰ ਦੇ ਪਾਣੀ ਭਾਗ ਦੇਣ ਡੀ ਹੈ, ਪਿੰਡਾਂ 'ਚ ਪਾਣੀ ਭਾਗ ਦੇ ਰਹੀ ਹੈ, ਬੱਚੇ ਪਾਣੀ ਮੰਗਦੇ ਪਏ, ਕਹਿੰਦੇ ਆ ਕਿ ਪਾਣੀ ਦਵੋ ਅਤੇ ਆ ਕੇ ਚੀਨੀ ਪਾ ਦਿਉ, ਬੱਚੇ ਹੈ ਨਾ ਉਹ ਸਾਦਾ ਪਾਣੀ ਘੱਟ ਪੀਂਦੇ ਪਏ ਨੇ, ਥੋੜ੍ਹਾ ਥੋੜ੍ਹਾ ਪੀਂਦੇ ਪਏ, ਲੈ ਕੇ ਪੈ ਗਈ ਹੈ ਫਿਲਟਰ ਫਿਲਟਰ ਹੋਰ ਪਾਣੀ ਪੀਣ ਵਾਸਤੇ, ਕੰਮ ਉਹ ਕਰਨਗੇ ਸਾਰਿਆਂ, ਮੈਂ ਫੱਟੀ ਰੱਖਣਾ ਸਾਈਕਲ ਚਾਰੇਗਾ, ਫਿਰ ਸਾਈਕਲ ਆਪਣੇ ਤੋਂ ਸੁੱਟੇਗਾ, ਫਿਰ ਕਹੇਗਾ ਪਾਪਾ ਮੈਨੂੰ ਚੁੱਕੋ, ਹਾਂ ਸੱਟ ਲੱਗੇ, ਫਿਰ ਮੈਨੂੰ ਕਹੇਗਾ ਪਾਪਾ ਜੀ ਚੁੱਕੋ ਮੇਰੇ ਤੋਂ, ਹੁਣ ਮੁੜਨਾ ਨਹੀਂ ਹੈ ਵੈਸੇ, ਉਹ ਸੁਣਦਾ ਹੋਵੇ ਲੈ ਜਨਾਬ ਨਾਲ ਹੋਣਗੇ ਚਾਵਲ ਜਾਂ ਰੋਟੀ, ਚਲੇ ਚਲੇ ਭੇਜੇ ਹੋਣੇ ਜਨਾਬ, ਹੁਣ ਤਾਂ ਧੁੱਪ ਲੱਗ ਗਈ, ਇਹਨਾਂ ਨੂੰ ਧੁੱਪ ਲੱਗ ਗਈ, ਹੁਣ ਚੁੱਕ ਜਾ ਚੁੱਕ ਸਨ ਨਹੀਂ, ਕੀ ਪ੍ਰੋਗਰਾਮ ਬਣਿਆ ਹੋਇਆ, ਚੌਲ ਪਰਸੋਂ ਚੌਲ ਪਕਾਏ ਦਾਲ ਨਾਲ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਔਰ ਕੱਲ੍ਹ ਰੋਟੀ ਹੈਗੀ ਸ਼ਾਮ ਨੂੰ, ਅੱਜ ਫਿਰ ਚੌਲਾਂ ਦਾ ਪ੍ਰੋਗਰਾਮ ਮੇਰਾ, ਦਿਨ ਬੰਦਾ ਮੈਂ ਚੌਲ ਪਕਾਇਆ, ਆਸਮਾਂ ਰੋਟੀ ਖਾਂਦੀ ਹੈ ਜ਼ਿਆਦਾ, ਔਰ ਚੌਲ ਮੈਂ ਹੀ ਬਸ ਵਿੱਚ ਲੱਖ ਲੈਂਦੀ ਹਾਂ, ਬੱਚੇ ਵੀ ਲੈ ਪੈਂਦੇ, ਜਮਨ ਹੋਣੀ ਵੀ ਕਹਿੰਦੇ ਜੋ ਅਸੀਂ ਪਕਾਉਣ ਚੱਲਿਆ, ਅੱਜ ਫਿਰ ਚੌਲ ਨੇ, ਤੁਸੀਂ ਆਪ ਹੀ
ਅੱਜ ਚੌਲਾਂ ਦਾ ਨਾਂ ਲੈਣਾ ਹੈ ਨਾ ਤੇ ਬੱਚੇ ਕਹਿ ਰਹੇ ਸੀ ਮੈਂ ਚਾਵਲ ਹੀ ਪਕਾਉਣੇ ਨੇ ਆਹੋ ਚਲੋ ਬਿਸਮਿਲ੍ਲਾ ਪਾਉਣੇ ਰੋਟੀ ਦੇ ਅਚਾਰ ਮਿਰਚਾਂ ਦਾ ਆਮ ਤਾਂ ਖਤਮ ਹੋ ਗਏ ਨੇ ਇਹ ਸਾਡਾ ਅਚਾਰ ਮਾਸ਼ਾਲਾ ਲੱਗਾ ਬਰਫੀ ਵਾਹ ਜੀ ਵਾਹ ਸ਼ੁਕਰ ਅਲਹਮਦੁਲਿਲਾ ਜੀ ਰੋਟੀ ਖਾਧੀ ਹੋ ਅਤੇ ਬੱਚੇ ਵੀ ਆਏ ਹਨ ਅਤੇ ਬੱਚੇ ਅਸੀਂ ਗਏ ਪਤਾ ਕਿੱਥੇ ਗਏ ਅਤੇ ਬੱਚੇ ਗਏ ਹੋਏ ਹਨ ਉਹ ਕਿਸੇ ਦੇ ਘਰ ਨਹੀਂ ਆ ਜੇ ਸੀ ਉਹ ਖਤਮ ਸੀ ਉੱਥੇ ਹਲੀਮ ਨਾਨ ਲੈਣ ਗਏ ਜਨਾਬ ਖਾਈਏ ਹਾਂਜੀ ਚੌ ਜਨਾਬ ਅੱਜ ਪ੍ਰੋਗਰਾਮ ਹੋਇਆ ਪਾਰਟੀ ਚੱਲਿਆ ਚੌਲਾਂ ਲਈ ਪਾਣੀ ਸ਼ਾਣੀ ਪੀਏ ਟਿਊਸ਼ਨ ਤਿਆਰੀ ਕਰੋ ਅੱਛਾ ਆਹੋ ਚੇਗਾ ਕਮਾਲ ਆਹੋ ਖੇਡਣ ਵਾਲੇ ਪਾਸੇ ਧਿਆਨ ਆ ਖੇਡੀ ਜਾਂਦੇ ਬਸ ਚੱਲ ਫਾਤਮਾ ਲੱਖ ਨੂੰ ਮੇਰਾ ਹਲੀਮ ਲੱਗਾ ਲੈ ਹਾਏ ਹਾਏ ਹਾਂ ਕੀ ਕਰਾਂ ਮੇਰਾ ਅੱਗੇ ਦਿਲ ਘੱਟਦਾ ਮੇਰਾ ਕੰਮ ਸ਼ਾਮ ਮੈਂ ਕਰਨੀਆਂ ਰਹਿੰਦਾ ਇੱਥੇ ਹੀ ਸਾਰੇ ਹੀ ਮੇਰੇ ਕੋਲ ਨਹੀਂ ਹੁੰਦੇ ਲੱਸਾਂ ਨਾਲ ਛੱਲਿਆ ਗਿਆ ਛੱਲੇ ਪਈਆਂ ਜਨਾਬ ਦੇ ਨਾਲ ਪਿਆ ਛੱਲੇ ਪਈਆਂ ਨਾ ਹੁਣ ਤਾਂ ਹੋ ਜਾ ਬਿਮਾਰ ਬੰਦਾ ਹੋਏ ਤਾਂ ਫਿਰ ਵਿੱਚੋਂ ਪਰੇਸ਼ਾਨੀ ਹੁੰਦੀ ਹੈ ਵੀਡੀਓ ਅਸੀਂ ਬਣਾਉਂਦੇ ਹਾਂ ਬਾਅਦ 'ਚ ਗੱਲਾਂ ਅਸੀਂ ਕਰਦੇ ਤੇ ਮੇਰੇ ਕੋਲ ਨਹੀਂ ਹੁੰਦਾ ਪਿਆ ਮੇਰੇ ਕੋਲ ਐਂ ਨਹੀਂ ਹੁੰਦਾ ਪਿਆ ਉਹ ਨਹੀਂ ਹੁੰਦਾ ਪਿਆ ਬਸ ਅੱਲਾ ਪਾਕ ਸ਼ਫਾ ਦੇ ਅਸੀਂ ਫਿਰ ਲੰਗਰ ਹੀ ਲੰਗਰ ਹੋ ਗਿਆ ਨਾ ਇਹ ਰੋਟੀ ਪਕਾ ਲਿਆ ਹਲੀ ਪਕਾ ਲਿਆ ਹੁਣ ਫਿਰ ਦੋ ਨਾਨ ਆ ਗਏ ਹਲੀਮ ਨਾਨ ਫਿਰ ਉੱਤੇ ਹਲੀਮ ਲੱਗਾ ਹੋਇਆ ਜਨਾਬ ਇਹ ਨਾਨ ਅਤੇ ਸਾਡੇ ਇੱਥੇ ਨਾ ਕਈ ਵਾਰੀ ਆ ਕਈ ਤਰੀਕਾ ਕਾਰ ਕਰਦੇ ਨੇ ਇਸ ਤਰ੍ਹਾਂ ਕਿ ਨਾਨ ਦਿੱਤੇ ਹਲੀਮ ਲੱਗ ਦਿੰਦੇ ਨੇ ਹਾਂਜੀ ਉਹ ਉੱਥੇ ਲੰਗਰ ਹੀ ਲੰਗਰ ਹਾਏ ਪਾਪਾ ਉੱਥੇ ਲੰਗਰ ਹੀ ਲੰਗਰ ਚਹਿਲਮ ਦਾ ਪ੍ਰੋਗਰਾਮ ਆ ਨਾ ਚਹਿਲਮ ਦਾ ਸ਼ੁਰੂ ਹੋ ਗਿਆ ਪਹਿਲੇ ਮੁਹਰਮ ਹਨ ਅਤੇ ਹੁਣ 15 ਸਫ਼ਰ ਦੀ 15 ਹੋ ਗਈ ਹੈ ਕੱਲ੍ਹ 15 ਸਫ਼ਰ ਦੀ 14-15 ਮੈਂ ਸਫ਼ਰ ਦੀ ਹੋ ਗਈ ਹਾਲੇ ਅਤੇ ਚਹਿਲਮ ਦੇ ਪ੍ਰੋਗਰਾਮ ਹੋਣ ਡੇ ਨੇ ਮੁਖਤਲਫ ਕੋਈ ਅਤੇ ਫਿਰ ਉਹ ਇਸ ਤਰ੍ਹਾਂ ਤਰੀਕੇ ਨਾਲ ਖਤਮ ਵਗੈਰਾ ਦਿੰਦੇ ਪਏ ਨੇ ਲੋਕ ਤਬਰਕ ਚੱਖਣੇ ਤਬਰਕ ਆਇਆ ਚੱਖਣੇ ਬਿਸਮਿਲ੍ਲਾ ਬਲ ਬਿਸਮਿਲ੍ਲਾ ਰਹਿਮਾਨ ਰਹੀਮ ਬਿਸਮਿਲ੍ਲਾ ਹਲੀਮ ਨਾਨ ਨੂਨ ਖਾਧਾ ਮੈਂ ਲੰਗਰ ਆਪਣਾ ਸੰਪਰਕ ਦਾ ਚੱਲਿਆ ਚੌਲ ਜਨਾਬ ਚੱਖਾਂਗੇ ਜ਼ਰੂਰ ਜੋ ਪ੍ਰੋਗਰਾਮ ਸਾਡਾ ਇਹੀ ਬਣੇ ਦਾ ਅੱਜ ਸਾਡਾ ਇਰਾਦਾ ਵੀ ਇਹੀ ਹੈ ਸਵੇਰ ਦਾ ਜਿਹੜਾ ਲਾਹੌਰੀ ਚਨੇ ਪਕਾਵਾਂਗੇ ਆਪਣਾ ਰਹਿਣਾ ਸਫੇਦ ਚਨੇ ਲਾਹੌਰੀ ਚਨੇ ਮੈਂ ਤਾਂ ਤੁਹਾਡੇ ਕੋਲੋਂ ਹੀ ਪਕਵਾਉਣੇ ਨਾ ਲੋਰੀ ਚਨੇ ਤੁਸੀਂ ਪਕਾ ਕੇ ਦਿੰਦੇ ਹੁੰਦੇ ਹੋ ਚਲੋ ਜੀ ਪਿਆਜ਼ ਪੂਰ ਕੱਟਿਆ ਜਾ ਰਿਹਾ ਸਮਾਨ ਸਾਰਾ ਤਿਆਰ ਹੋ ਰਿਹਾ ਰੈਡੀ ਹੋ ਰਿਹਾ ਸਮਾਨ ਰੈਡੀ ਹੁੰਦਾ ਅਤੇ ਕੀ ਗੱਲ ਲੈਣਾ ਫਿਰ ਇੱਕ ਵਾਰੀ ਸਾਰਾ ਪਾਲਣਾ ਹੈ ਹਾਂਜੀ ਇੱਕ ਵਾਰੀ ਪ੍ਰੈਸ਼ਰ 'ਚ ਹਾਂਜੀ ਚਨੇ ਵੀ ਧੋ ਕੇ ਪਾ ਦੇਣੇ ਨੇ ਥੂਮ ਪਿਆਜ਼ ਵੀ ਪਾ ਦੇਣਾ ਆ ਪਾਣੀ ਵੀ ਥੋੜ੍ਹਾ ਜਿਹਾ ਪਾ ਕੇ ਅਤੇ ਪ੍ਰੈਸ਼ਰ 'ਚ ਅਤੇ ਚੁੱਲ੍ਹੇ 'ਤੇ ਚੜਾ ਦਿੰਦੇ ਹਾਂ ਠੀਕ ਹੋ ਗਿਆ ਤੁਸੀਂ ਚੜਾ ਦਿਓ ਫਿਰ ਤੋਂ ਬਾਅਦ ਚੌਲ ਚਲੋ ਫਿਰ ਮੈਂ ਪੈਸੇ ਦੇ ਚੌਲਾਂ ਦੇ ਹਾਂਜੀ ਦੇ ਜਾਓ ਫਿਰ ਤੁਸੀਂ ਪੈਸੇ ਚਾਵਲਾਂ ਦੇ ਹਵਾ ਠੰਡੀ ਹੋਈ ਆ ਪਿਛਲੇ ਟਾਈਮ ਸ਼ਾਮ ਹੋਣ ਡੀ ਆ ਨਾ ਤੇ ਹਵਾ ਹੁਣ ਠੰਡੀ ਠੰਡੀ ਲੱਗਣ ਡੀ ਆ ਪੈ ਰਹੀ ਆ ਜਦੋਂ ਮੈਂ ਰਿਕਸ਼ੇ ਥੱਲੇ ਉਤਰਨਾ ਫਿਰ ਬਹੁਤ ਗਰਮੀ ਲੱਗਣੀ ਆ ਉੱਤੋਂ ਕਿੰਨੀ ਕਿੰਨੀ ਖਾ ਰਹੀ ਹੈ ਅਜੇ ਮੈਂ ਤਾਂ ਪਹਿਲੀ ਗੱਲ ਕਰਦਾ ਪਿਆ ਤੇ ਨਾ ਛੱਲੇ ਨੇ ਖੁੱਲੇ ਬਸ ਉਹ ਰੱਸੀਆਂ ਜਿਹੀਆਂ ਪਈਆਂ ਰੱਸੀਆਂ ਛਲਾ ਲੈਣੀਆਂ ਨੇ ਤੇ ਫਿਰ ਪੈ ਨਾ ਮੂੰਜੀ ਦੇ ਮੂੰਜੀ ਲੋਕਾਂ ਦੀ ਫਸਲ ਤਬਾਹ ਕਰਨੀ ਆ ਕਈ ਸੋਚਦੇ ਨੇ ਲੋਕ ਨਹੀਂ ਸੋਚਦੇ ਜਾ ਕੇ ਉਹ ਕਈ ਫਸਲ ਇੰਨੀ ਮਹਿੰਗੀ ਲੱਗੀ ਹੋਈ ਹੈ ਤਬਾਹ ਕਰਵਾ ਦਿੰਦੇ ਨੇ ਬਾਕੀ ਕੀ ਕਰ ਸਕਦਾ ਬੰਦਾ ਹੁਣ ਨਿਜ਼ਾਮ ਹੀ ਉਸ ਨਾਲ ਆ ਦੇਖੀਏ ਜੀ ਇਹ ਵੀ ਆ ਗਏ ਅਸਲਾਮ ਵਾਲੇਕਮ ਹਾਂਜੀ ਗੁਫਰਾਨ ਸੁਣਾ ਕੀ ਕਰਨਾ ਮੈਂ ਡੇਟ ਮੈਂ ਆਇਆ ਮੈਂ ਫਿਰ ਉਹ ਸਵਾਰੀ ਲੱਭ ਗਈ ਸੀ 2 ਮਿੰਟ ਚਲੀ ਦੀਆਂ ਫਿਰ ਤੁਸੀਂ ਛੱਡ ਕੇ ਆਇਆ ਮੈਂ ਭੁੱਖ ਲੱਗ ਗਈ ਫਿਰ ਮੈਂ ਨਾਨ ਜਾ ਮਾਰਾ ਖਾ ਕੇ ਗਿਆ ਸੀ ਰੋਡ ਨਹੀਂ ਟੁੱਟੀ ਦੀ 2-3 ਝਟਕੇ ਮੈਨੂੰ ਲੱਗਿਆ ਮੈਨੂੰ ਭੁੱਖ ਲੱਗ ਗਈ ਫਾਤਮਾ ਕਿਤੇ ਜਾ ਰਹੀ ਹੈ ਪਕਾ ਲੈਣੇ ਇਹ ਚੌਲ ਦਾ ਟੋਟਾ ਹੀ ਲਿਆਉਣਾ ਬਹੁਤ ਹਲਕਾ ਟੋਟਾ ਲੈ ਕੇ ਆਉਂਦੇ ਹਾਂ ਜਿਹੜਾ ਇਸ ਤੋਂ ਚੰਗਾ ਲਿਆ ਉਹ ਫਿਰ ਵੀ ਠੀਕ ਹੈ
मेरे चने चौल में बड़े पसंद खाने डबो डबो के मेरे बगैर ही मैं उड़ी के नहीं खाधी खा के न्याने हाँ जी कमैले तो नहीं खाधी कमैले तो वाकई ओही ना नहीं खाधा है जामन ने खा लिया चावल खा ले थोड़े सारे ठीक है इस वेले है कि बच्चे ने लेट ही रोटी खाधी तो थोड़ी थोड़ी खाधी है इस वेले चलो जी पाओ मेरे ऐसे है ठीक है जी पाओ माशाल्लाह जी माशाल्लाह मौसा चावल रखे चलो जिसमें भी खुदा का शुक्र है अल्लाह पाक का रब का शुक्र है कि सू मिलते पे अगे अगर जिसमें हालात बन गए पता नहीं कि बनना है कि रब की रजा है बस अल्लाह पाक चंगी करेगा ओए फातिमा जी क्या कर रही हो आप नीचे उतरो डालो चने कर ले भावें पानी ज्यादा पाली माशाल्लाह माशाल्लाह हाँ लोटा पानी का होर सुन लेना चावल खाने वास्ते मैं पानी इतना ज्यादा पाया नहीं तो मैं पानी थोड़ा ही पाना पानी थोड़ा ही पाने मैं भेजा देने मैं पिला के बड़ा खाना माशाल्लाह माशाल्लाह डबो के रोटी खानी चाहिए लुक हलीम थोड़ा प्यारा है ये बेचारा बच्चा ने बस प्लेट च पैक ने खाने बिस्मिल्लाह करने रब दे पिया देखो पता नहीं की जाइए लभन चलो खाने तो है गुंजाइश नहीं आ गई ठीक है जी ए बाबा जी हूँ साढ़ा हिस्सा है चुकने आई होना चक के ना बिस्मिल्लाह रहमान रहीम नमक मिर्च फिकी फिकी है ठीक है इसलिए ज्यादा तेज भी नहीं खाने मैं तेज बजे खाता रहा हूँ हल्के खाने आस्ता आस्ता बाकी जी हम आजाद मांगने ढड़े करो अल्लाह पाक सलामत रखे साढ़े हक भी दुआ करो अल्लाह पाक बरसना दे ਤੇ ਹੁਣ ਲੰਗਰ ਖਾਂਦੇ ਆ ਅਸੀਂ ਆਰਾਮ ਨਾਲ ਬਹਿ ਕੇ ਸਕੂਨ ਨਾਲ ਬਹਿ ਕੇ ਤੇ ਅੱਲਾ ਹਾਫਿਜ਼।